ਜਿਹੜਾ ਸਿਮਰਜੀਤ ਸਿੰਘ ਬੈਸ ਉਹਦੇ ਦੋਨੋਂ ਭਰਾ ਤੇ ਪੰਜ ਬੰਦੇ ਹੋਰ ਸੱਤ ਟੋਟਲ ਸੱਤ ਬੰਦੇ ਤੇ ਜਿਹੜਾ ਪਰਚਾ ਦਰਜ ਹੋਇਆ ਸਭ ਤੋਂ ਪਹਿਲਾਂ ਮੈਂ ਸਲੂਟ ਕਰਦਾ ਉਸ ਭੈਣ ਨੂੰ ਜਿਹੜੀ ਲਗਾਤਾਰ 5-6 ਮਹੀਨਿਆਂ ਤੋਂ ਸੜਕਾਂ ਤੇ ਬੈਠ ਕੇ ਇਨਸਾਫ ਦੀ ਗੁਹਾਰ ਲਗਾ ਰਹੀ ਸੀ ਜਿਹਨੂੰ ਬੜੀਆਂ ਬੜੇ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਗਿਆ ਪਰ ਫਿਰ ਵੀ ਉਹ ਡਟੀ ਰਹੀ ਸੱਚ ਦੀ ਅੱਜ ਜਿੱਤ ਹੋਈ ਹੈ ਤੇ ਨਾਲ ਨਾਲ ਮੈਂ ਬੇਨਤੀ ਕਰਾਂਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਿਉਂਕਿ ਸਰਮੋਰ ਸੰਸਥਾ ਸਾਡੀ 6ਵੇਂ ਪਾਤਸ਼ਾਹ ਦੀ ਇਹਦਾ ਭਰਾ ਬਲਵਿੰਦਰ ਸਿੰਘ ਬੈਸ ਐਸ ਜੀ ਪੀ ਸੀ ਦਾ ਮੈਂਬਰ ਵੀ ਹੈ ਉਹਦੇ ਕਾਰਨਾਮੇ ਵੀ ਬਾਹਰ ਆਉਣ ਵਾਲੇ ਹੈ ਉਸ ਪੂਰੇ ਪਰਿਵਾਰ ਨੂੰ ਪੰਥ ਚੋਂ ਛੇਕਿਆ ਜਾਵੇ ਸਾਰੇ ਭਰਾਵਾਂ ਨੂੰ ਤਾਂ ਜੋ ਦੁਬਾਰਾ ਇਹੋ ਜਿਹੀ ਗਲਤੀ ਨਾ ਹੋ ਸਕੇ ਤੇ ਨਾਲ ਪੁਲਿਸ ਦੀ ਭੂਮਿਕਾ ਤੇ ਬੜੀ ਸ਼ੱਕੀ ਰਹੀ ਹੈ ਪਰ ਕੋਰਟ ਤੋਂ ਇਨਸਾਫ਼ ਮਿਲਿਆ ਤੇ ਨਾਲ ਨਾਲ ਬੇਨਤੀ ਕਰਾਂਗਾ ਜਿੱਦਾਂ ਇੱਕ ਦੂਜੀ ਬੀਬੀ ਨੇ ਇਹ ਗੱਲ ਕਹੀ ਹੈ ਵੀ ਬਾਹਰ ਪੈ ਸਕਦਾ ਬਿਲਕੁਲ ਇਹ ਬਾਹਰ ਪੈ ਸਕਦਾ ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਤਾਂ ਜੋ ਇਹੋ ਜਿਹੇ ਲੋਕ ਇੱਕ ਲੋਕਾਂ ਦੇ ਵਿੱਚ ਇੱਕ ਮਿਸਾਲ ਬਣ ਸਕੇ ਤਾਂ ਜੋ ਦੁਬਾਰਾ ਇੱਦਾਂ ਦੇ ਲੋਕ ਗਲਤੀ ਨਾ ਕਰ ਸਕਣ।